ਕ੍ਰਿਕਟ ਵਰਲਡ ਕੱਪ ਦਾ ਖੁਬਾਰ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਲੁਧਿਆਣਾ ਵਿਖੇ ਕ੍ਰਿਕਟ ਵਰਲਡ ਕੱਪ ਨੂੰ ਲੈ ਕੇ ਬੈਲਜੀਅਮ ਚੋਕਲੇਟ ਦੀ ਇੱਕ ਟਰਾਫੀ ਬਣਾਈ ਗਈ ਹੈ, ਜਿਸ ਦੇ ਨਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕਪਤਾਨ MS ਧੋਨੀ ਦੇ ਨਮੂਨੇ ਵੀ ਬਣਾਏ ਗਏ ਨੇ। ਇਸ ਕ੍ਰਿਕਟ ਵਰਲਡ ਕੱਪ ਕੇਕ ਨੂੰ ਲੁਧਿਆਣਾ ਦੇ ਹਰਜਿੰਦਰ ਸਿੰਘ ਕੁਕਰੇਜਾ ਦੀ ਟੀਮ ਨੇ ਤਿਆਰ ਕੀਤਾ ਹੈ। ਕੁਕਰੇਜਾ ਦੱਸਦੇ ਹਨ ਕਿ ਖਾਸ ਤੌਰ ਤੇ ਕ੍ਰਿਕਟ ਵਰਲਡ ਕੱਪ ਵਿੱਚ ਭਾਰਤੀ ਟੀਮ ਦੀ ਜਿੱਤ ਦੀ ਉਮੀਦ ਅਤੇ ਅਰਦਾਸ ਦੇ ਨਾਲ ਤਿਆਰ ਕੀਤਾ ਗਿਆ ਹੈ। ਬੈਲਜੀਅਮ ਚੋਕਲੇਟ ਦੇ ਬਣੇ ਇਸ ਕੇਕ ਨੂੰ ਕਰੀਬ 3 ਦਿਨਾਂ ਦੀ ਕੜੀ ਮਿਹਨਤ ਨਾਲ 6 ਲੋਕਾਂ ਦੀ ਟੀਮ ਨੇ ਤਿਆਰ ਕੀਤਾ ਹੈ ਅਤੇ ਇਸ ਤੇ ਕਰੀਬ 20,000 ਰੁਪਏ ਦੀ ਲਾਗਤ ਆਈ ਹੈ। ਇਹ ਇੱਕ ਬੈਲਜੀਅਮ ਚੋਕਲੇਟ ਦੇ ਵਿੱਚ ਬਣਿਆ ਹੋਇਆ ਕੇਕ ਹੈਗਾ, ਬਟ ਇਹਨੂੰ ਕੀ ਸਪੈਸ਼ਲ ਬਣਾਉਂਦਾ ਹੈ ਕਿ ਇਹ ਵਰਲਡ ਕੱਪ ਦੇ ਥੀਮ ਦਾ ਕੇਕ ਹੈ ਅਤੇ ਇੰਡੀਆ ਦਾ ਇਹਦੇ ਵਿੱਚ ਥੀਮ ਦਿੱਤਾ ਗਿਆ ਹੈ। ਐਂਡ ਅਸੀਂ ਇਹ ਕੇਕ ਸਾਡੇ ਵੱਲੋਂ ਇੱਕ ਅਰਦਾਸ ਹੈਗੀ ਹੈ, ਇਕੱਲਾ ਸਾਡੇ ਵੱਲੋਂ ਨਹੀਂ ਬਟ ਪੂਰੇ ਪੰਜਾਬ ਵੱਲੋਂ, ਪੂਰੇ ਲੁਧਿਆਣਾ ਵਾਸੀਆਂ ਵੱਲੋਂ ਕਿ ਵਰਲਡ ਕੱਪ ਦੁਬਾਰਾ ਇੰਡੀਆ ਲੈ ਕੇ ਆਏ। ਐਂਡ ਟੀਮ ਇੰਡੀਆ ਬਹੁਤ ਸਟਰੋਂਗ ਹੈ ਇਸ ਵਾਰੀ, 2 ਵਾਰੀ ਪਹਿਲਾਂ ਵੀ ਲੈ ਕੇ ਆ ਚੁੱਕੀ ਹੈ ਵਰਲਡ ਕੱਪ, ਐਂਡ ਇਸ ਵਾਰੀ ਉਸ ਤੋਂ ਵੀ ਜ਼ਿਆਦਾ ਸਟਰੋਂਗ ਹੈਗੀ ਹੈ। ਸਾਨੂੰ ਪੂਰੀ ਉਮੀਦ ਹੈਗੀ ਹੈ ਕਿ ਇੰਡੀਆ ਵਰਲਡ ਕੱਪ ਲੈ ਕੇ ਆਏਗਾ। ਹਾਂਜੀ, ਇਹ ਕੇਕ ਹੈਗਾ ਜੀ 20 ਕਿਲੋ ਦਾ, ਇਹਨੂੰ ਬਣਾਉਣ ਸਾਨੂੰ ਲੱਗੇ 3 ਦਿਨ ਅਤੇ ਟੀਮ ਆਫ 6 ਸ਼ੈਫਸ ਜੋ ਡੈਡੀਕੇਟਡਲੀ ਇਹੀ ਬਣਾਉਂਦੇ ਪਏ ਸੀ ਅਤੇ ਯਾ ਸੋ ਦੈਟਸ ਵਾਟ ਵੀਵ ਡਨ ਯਾ। ਹਾਂਜੀ, ਅਸੀਂ ਨਾ ਇਹਨੂੰ ਬਣਾਉਂਦੇ ਸਾਰੀ ਸੋਸ਼ਲ ਮੀਡੀਆ 'ਤੇ ਪਾਇਆ ਆਪਣੇ ਬੈਲ ਫਰਾਂਸ ਦੇ ਫੇਸਬੁੱਕ ਪੇਜ 'ਤੇ ਅਤੇ ਇੰਸਟਾਗ੍ਰਾਮ ਪੇਜ 'ਤੇ, ਐਂਡ ਸਾਨੂੰ 3 ਆਰਡਰ ਆਏ ਨੇ ਹੁਣ ਤੱਕ ਅਤੇ ਸਾਨੂੰ ਉਮੀਦ ਹੈ ਕਿ ਜਿਵੇਂ ਜਿਵੇਂ ਵਰਲਡ ਕੱਪ ਪ੍ਰੋਗਰੈਸ ਕਰੇਗਾ, ਇੰਡੀਆ ਦੇ ਮੈਚਸ ਸ਼ੁਰੂ ਹੋਣਗੇ, ਪਾਕਿਸਤਾਨ ਨਾਲ ਮੈਚ ਹੋਣਗੇ ਅਤੇ ਵਰਲਡ ਕੱਪ ਦੀ ਉਮੀਦਾਂ ਹੋਰ ਵਧਣਗੀਆਂ ਇੰਡੀਆ ਦੀਆਂ ਅਤੇ ਹੋਰ ਲੋਕ ਸਾਨੂੰ ਆਰਡਰ ਕਰਨਗੇ। ਹਾਂਜੀ, 100% ਇਸ ਕੇਕ ਵਿੱਚ ਤੁਸੀਂ ਜੋ ਵੀ ਦੇਖ ਰਹੇ ਹੋ, ਇਨਫੈਕਟ ਜੋ ਗੋਲਡਨ ਕਲਰ ਹੈਗਾ ਜੋ ਕੱਪ ਦੇ ਵਿੱਚ ਯੂਜ ਕੀਤਾ ਹੈ, ਈਵਨ ਦੈਟ ਇਜ਼ 100% ਐਡੇਬਲ। ਹਾਂਜੀ, ਅਸੀਂ ਪਹਿਲਾਂ ਵੀ ਜਦ ਚੋਕਲੇਟ ਗਣੇਸ਼ਾ ਬਣਾਉਂਦੇ ਹਾਂ, ਪਿਛਲੇ 3 ਸਾਲ ਤੋਂ ਬਣਾ ਰਹੇ ਹਾਂ, ਐਂਡ ਇਸ ਵਾਰੀ ਅਸੀਂ ਬਿਕੋਜ਼ ਸਾਡੇ ਕੋਲ ਟੈਲੈਂਟ ਹੈਗਾ, ਸਾਡੇ ਬੰਦੇ ਬਹੁਤ ਅੱਛੇ ਹੈਗੇ ਨੇ, ਬਣਾਉਂਦੇ ਨੇ ਵਧੀਆ ਵਧੀਆ ਕੇਕ, ਅਤੇ ਅਸੀਂ ਸੋਚਦੇ ਹਾਂ ਕੁਛ ਵਧੀਆ ਕਰੀਏ, ਕੁਛ ਕੰਟਰੀਬਿਊਟ ਕਰੀਏ, ਕੁਛ ਪ੍ਰੋਡਕਟਿਵ ਕਰੀਏ ਸੋਸਾਇਟੀ ਵਾਸਤੇ। ਐਂਡ ਇਹ ਵੀ ਇੱਕ ਤਰੀਕਾ ਹੈਗਾ ਸਾਡਾ ਟੂ ਸੈਲੀਬ੍ਰੇਟ ਦਾ ਵਰਲਡ ਕੱਪ ਐਂਡ ਹਾਈਲਾਈਟ ਦਾ ਗੁੱਡ ਵਰਕ ਐਂਡ ਆਲਸੋ ਲਾਈਕ ਯੂ ਨੋ ਪ੍ਰੇ ਫੋਰ ਟੀਮ ਇੰਡੀਆ। ਬਿਊਰੋ ਰਿਪੋਰਟ, ਲੁਧਿਆਣਾ ਵਿਊ।